ਹੁਣ ਪਾਣੀ ਆਉਣ ਦੀ ਸੁਭਾਵਨਾ ਬਾਹਲੀ ਹੈਗੀ ਹੱਥ ਨੂੰ ਆ ਜੂਗਾ ਪਾਣੀ ਕੀ ਹਾਲਾਤ ਨੇ ਪਿੰਡ ਦੇ ਬਸ ਸਾਰੇ ਜਾਈ ਜਾਂਦੇ ਆਪਾਂ ਉਹਦੇ ਘਰ ਛੱਡ ਕੇ ਪਾਣੀ ਮੰਗ ਰਿਹਾ ਆਈ ਜਾਂਦਾ ਹੈਗਾ ਵੀ ਅੱਜ ਰਾਤ ਤੱਕ ਆ ਜਾਊਗਾ ਪਾਣੀ ਲਾਣੇ ਵਾਲੇ ਦਾ ਠੀਕ ਹੈ ਅਤੇ ਵੀ ਬਹੁਤ ਜ਼ਿਆਦਾ ਪਾਣੀ ਹੈਗਾ ਪਹਿਲਾਂ ਨਾਲੋਂ ਵੀ ਵੱਧ ਹੈ ਸਾਰੇ ਪਿੰਡ 'ਚ ਬਈ ਬੇਨਤੀਆਂ ਬੋਲੀ ਜਾਂਦਾ ਬਾਬੇ ਸਪੀਕਰਾਂ 'ਚ ਵੀ ਸਮਾਨ ਚੱਕ ਲਓ ਬਈ ਇਹਨਾਂ ਦੇ ਸਾਧਨ ਨਹੀਂ ਉਹ ਵੀ ਹੱਲ ਕਰੀ ਜਾਂਦੇ ਵਿਚਾਰੇ ਕਹਾਂ ਦੀ ਕਹਾਂ ਬਈ ਅਸੀਂ ਲੈ ਚਾਰ ਟਰੈਕਟਰ ਮੰਗਦੇ ਹਾਂ ਬਈ ਪੰਜਾਬ ਵਿੱਚ ਆਏ ਹੜ੍ਹਾਂ ਤੋਂ ਬਾਅਦ ਹੁਣ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਵਿੱਚੋਂ ਲੰਘਣ ਵਾਲੇ ਘੱਗਰ ਦਰਿਆ ਦੇ ਟੁੱਟਣ ਕਾਰਨ ਸਰਦੂਲਗੜ੍ਹ ਦੇ ਨਜ਼ਦੀਕੀ ਪਿੰਡਾਂ ਦੇ ਅੰਦਰ ਪਾਣੀ ਪਹੁੰਚ ਚੁੱਕਾ ਹੈ। ਪਾਣੀ ਤੋਂ ਡਰਦੇ ਲੋਕ ਪਿੰਡਾਂ ਨੂੰ ਖਾਲੀ ਕਰਨ ਲੱਗੇ ਹਨ। ਲੋਕ ਟਰਾਲੀਆਂ ਵਿੱਚ ਆਪਣੇ ਸਮਾਨ ਅਤੇ ਪਸ਼ੂਆਂ ਨੂੰ ਭਰ ਕੇ ਰਿਸ਼ਤੇਦਾਰੀਆਂ ਜਾਂ ਫਿਰ ਸੁਰੱਖਿਅਤ ਜਗ੍ਹਾ 'ਤੇ ਪਹੁੰਚ ਰਹੇ ਹਨ। ਪੀੜਤਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਪਿੰਡਾਂ ਵਿੱਚ ਕੋਈ ਵੀ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ, ਜਿਸ ਕਾਰਨ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਹੈ। ਕੀ ਕਾਰਨ ਹੈ ਜਿਹੜਾ ਪਾਣੀ ਦਾ ਅਲਰਟ ਕੀਤਾ ਹੋਇਆ? ਪਾਣੀ ਮੰਗ ਰਿਹਾ ਆਈ ਜਾਂਦਾ ਹੈਗਾ ਵੀ ਅੱਜ ਰਾਤ ਤੱਕ ਆ ਜਾਊਗਾ ਪਾਣੀ ਲਾਣੇ ਵਾਲੇ ਦਾ। ਠੀਕ ਹੈ ਅਤੇ ਵੀ ਬਹੁਤ ਜ਼ਿਆਦਾ ਪਾਣੀ ਹੈਗਾ ਪਹਿਲਾਂ ਨਾਲੋਂ ਵੀ ਵੱਧ ਹੈ। ਜਿੱਥੇ ਲੋਕ ਆਪਣਾ ਸਮਾਨ ਵੀ ਲੈ ਕੇ ਜਾ ਰਹੇ ਨੇ ਹੈ ਨਾ, ਤੁਸੀਂ ਆਪਣੇ ਜਿਹੜੇ ਪਸ਼ੂ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਜਾ ਰਹੇ ਹੋ? ਹਾਂ ਹਾਂ, ਸਾਰਾ ਸਮਾਨ ਹੀ ਟੋਟਲੀ ਲਿਆਤਾ ਜਾ ਕੇ ਅਤੇ ਪ੍ਰਸ਼ਾਸਨ ਵੱਲੋਂ ਕੋਈ ਅਲਰਟ ਜਾਰੀ ਕੀਤਾ ਗਿਆ ਪਿੰਡ ਦੇ ਵਿੱਚ? ਕਿੰਨੇ ਕੁ ਘਰ ਨੇ ਜਿਹੜੇ ਖਾਲੀ ਹੋ ਰਹੇ ਨੇ? ਟੋਟਲ ਸਾਰੇ ਮੂੰਗੀ ਹੋ ਰਿਹਾ ਦਾਨਿਆਲ ਅਤੇ ਮੋਖਰ ਸਾਰਾ ਪਿੰਡ। ਇਹ ਅਸੀਂ ਮੋਖਰ ਤੋਂ ਲੈ ਕੇ ਆਏ ਜੀ, ਖੀਵਾ ਕਲਾਂ ਲੈ ਕੇ ਜਾ ਰਹੇ, ਆਪਣੀ ਰਿਸ਼ਤੇਦਾਰੀ ਆ ਮੋਖਰ, ਕੁੜੀਆਂ ਵਹੀਆਂ ਦੀ, ਉਹਨਾਂ ਦਾ ਸਮਾਨ ਹੈ। ਕਿੰਨਾ ਕੁ ਅਲਰਟ ਹੈ ਜਿਹੜਾ ਪਾਣੀ ਦਾ? ਪਾਣੀ ਦਾ ਜੀ ਬਹੁਤ ਜ਼ਿਆਦਾ ਹੈਗਾ, ਅੱਜ ਸ਼ਾਮ ਨੂੰ ਭਰਤੀ ਸਾਰਾ ਪਿੰਡ 'ਚ ਆ ਜਾਵੇ। ਸਮਾਨ ਲੈ ਕੇ ਆ ਰਹੇ ਹੋ ਤੁਸੀਂ, ਕੋਈ ਪ੍ਰਸ਼ਾਸਨ ਵੱਲੋਂ ਉੱਥੇ ਕੋਈ ਇੰਤਜ਼ਾਮ ਕੀਤੇ ਹੋਏ ਨੇ? ਹਜੇ ਤਾਂ ਫਿਲਹਾਲ ਤਾਂ ਕੋਈ ਪ੍ਰਸ਼ਾਸਨ ਵੱਲੋਂ ਉਹ ਨਹੀਂ, ਆਪਾਂ ਦੇਖਿਆ ਇੱਕਦਾ ਮਨ ਕਿਹਾ ਸਮਾਨ ਉਹਨਾਂ ਨੇ ਰਿਸ਼ਤੇਦਾਰਾਂ ਨੇ ਕਾਲ ਕਰੀ ਸੀ ਸਾਨੂੰ, ਕਹਿੰਦੇ ਵੀ ਸਾਡਾ ਸਮਾਨ ਲੈ ਜਾਓ, ਅਤੇ ਅਸੀਂ ਬਸ ਜਾ ਕੇ ਲੱਦ ਕੇ ਸਮਾਨ ਸਾਰੇ ਹੀ ਚੱਕੀ ਜਾਂਦੇ ਨੇ ਉੱਥੋਂ, ਬਾਕੀ ਸਾਰੇ ਪਿੰਡ 'ਚ ਆਈ ਜਾਂਦਾ। ਕਿੱਥੇ ਆਇਆ ਬਾਈ ਜੀ? ਹੁਣ ਪਾਣੀ ਆਉਣ ਦੀ ਸੁਭਾਵਨਾ ਬਾਹਲੀ ਹੈਗੀ, ਹੱਥ ਨੂੰ ਆ ਜੂਗਾ ਪਾਣੀ। ਕੀ ਹਾਲਾਤ ਨੇ ਪਿੰਡ ਦੇ? ਬਸ ਸਾਰੇ ਜਾਈ ਜਾਂਦੇ ਆਪਾਂ ਉਹਦੇ ਘਰ ਛੱਡ ਕੇ, ਸਮਾਨ ਲਈ ਜਾਂਦੇ ਹੈਗੇ, ਦਵਾ ਦਾ ਪਸ਼ੂ ਲਈ ਜਾਂਦੇ ਹੈ, ਟਰਾਲੀਆਂ ਟੋਡੀ ਆਪਦੇ ਸਕੀਮਾਂ ਲਿਆਉਂਦੇ ਆ, ਟੋਡੀ ਕੱਢੀ ਜਾਂਦੇ ਨੇ ਸਮਾਨ। ਤੇ ਕਿੰਨਾ ਕੁ ਖਤਰਾ ਜਿਹੜਾ ਮਤਲਬ ਹੈ ਨਾ? ਖਤਰਾ ਵਾਧੂ ਹੈ ਭਾਈ, ਪਹਿਲਾਂ ਨੂੰ ਵੱਧਦਾ ਹੈਗਾ। ਅੱਛਾ ਭਾਈ, ਆਪਦੇ ਰਿਸ਼ਤੇਦਾਰਾਂ ਨੇ ਜਾ ਰਹੇ ਹਾਂਗੇ, ਡੰਗਰ ਪਸ਼ੂ ਲੈ ਗਏ, ਸਾਰਾ ਕੁਛ ਕੱਢ ਲਿਆ ਇਸਦਾ, ਹਜੇ ਜਵਾਕ ਆਉਂਦੇ ਆ ਮਗਰ ਉਹ ਵੀ ਐਂ ਪਤਾ। ਮਤਲਬ ਕਿੰਨਾ ਕੁ ਫਰਕ ਹੈ ਜਦੋਂ 93 'ਚ ਪਾਣੀ ਆਇਆ ਸੀ ਅਤੇ ਜਿਹੜਾ ਅੱਜ ਹਾਲਾਤ ਬਣ ਗਏ? ਸਮਾਨ ਧਰ ਕੇ ਨਾ ਇੱਕ ਪਿੰਡ ਰਹਿ ਗਿਆ ਸਨ 'ਚ ਬਈ, ਠੀਕ ਹੈ, ਪਾਣੀ ਆ ਰਿਹਾ ਉਧਰੋਂ ਮਗਰੋਂ ਨਾਲੀ ਨੂੰ ਜੋ ਕਿਹੜੀ ਜਿਹੜੀ ਵੱਡੀ ਜਾਂਦੀ ਹੈ, ਕਹਿੰਦੇ ਕਈ ਥਾਵਾਂ ਤੋਂ ਟੁੱਟ ਗਈ। ਕਿੰਨੇ ਕੁ ਘਰ ਨੇ ਜਿਹੜੇ ਖਾਲੀ ਹੋ ਰਹੇ ਪਿੰਡ? ਬਹੁਤ ਸਾਰੇ ਪਿੰਡ 'ਚ ਬਈ ਬੇਨਤੀਆਂ ਬੋਲੀ ਜਾਂਦੇ ਬਾਬੇ ਸਪੀਕਰਾਂ 'ਚ ਵੀ ਸਮਾਨ ਚੱਕ ਲਓ ਬਈ, ਇਹਨਾਂ ਦੇ ਸਾਧਨ ਨਹੀਂ ਉਹ ਵੀ ਹੱਲ ਕਰੀ ਜਾਂਦੇ ਵਿਚਾਰੇ ਕਹਾਂ ਦੀ ਕਹਾਂ ਬਈ, ਅਸੀਂ ਲੈ ਚਾਰ ਟਰੈਕਟਰ ਮੰਗਦੇ ਹਾਂ ਬਈ, ਹੋਰ ਪਹਿਲਾਂ ਮੂਹਰੇ ਵੱਜੇ ਸਾਡੇ ਅਤੇ 1993 'ਚ ਆਏ ਸੀ ਬਈ, 6-6 ਫੁੱਟ ਪਾਣੀ ਹੋ ਗਿਆ ਸੀ ਸਾਡੀ ਲਾਈ ਹੋਈ ਕਰੇ ਆਪਣੇ ਬਜ਼ੁਰਗਾਂ ਨੇ। ਸਰਕਾਰ ਦੇ ਕੋਈ ਪ੍ਰਬੰਧ ਦਿਸਦੇ ਨੇ ਉੱਥੇ? ਪ੍ਰਬੰਧ ਸਰਕਾਰ ਦੇ ਸਾਰੀ ਹੈ ਯਾਰ, ਸਾਰਾ ਕੁਛ ਬਈ ਯਾਰ, ਰੋਕ ਵੀ ਸਕਦੇ ਆ ਯਾਰ, ਉਹਨਾਂ ਸਾਰੀ ਹੈ ਬਈ। ਜਿਹੜੇ ਪਿੰਡ ਦਾ ਘਰਾਂ ਦੇ ਵਿੱਚੋਂ ਸਮਾਨ ਚੱਕ ਰਹੇ ਨੇਗੇ ਕਈ, ਜਿਹਨਾਂ ਕੋਲ ਨਹੀਂ ਵੀ ਸਾਧਨ, ਉਹ ਫਿਰ ਕਿਸ ਤਰ੍ਹਾਂ ਕਰ ਰਹੇ ਨੇ ਬਈ? ਉਹ ਵੀ ਵਿਚਾਰੇ ਛੱਡੀ ਜਾਂਦੇ, ਜ਼ਰੂਰੀ ਦਾ ਸਮਾਨ ਚੱਕੀ ਜਾਂਦਾ, ਮਾੜਾ ਮੋਟਾ ਹੈਲਪਾਂ ਲੈਂਦੇ ਆ, ਇੱਕ ਦੂਜੇ ਤੋਂ ਸਹਾਰਾ ਲੈਂਦੇ ਆ, ਵੀ ਕਰ ਰਹੇ ਨੇ ਉਹ ਵੀ ਬਈ, ਜਿੰਨੇ ਲੋਕ ਕਰੇ ਆਪਦਾ ਹੱਲ ਕਰ ਰਹੇ ਨੇ। ਕੀ ਮੰਗ ਕਰਦੇ ਸਰਕਾਰ ਤੋਂ? ਮੰਗ ਤਾਂ ਬਈ ਸਰਕਾਰ ਤੋਂ ਵੀ ਜੀ, ਜਾਂ ਵੀ ਸਰਕਾਰ ਦੇ ਹੱਥ 'ਚ ਵੀ ਨੇ ਬਈ ਯਾਰ, ਜੇ ਸਹੀ ਗੱਲ ਪੁੱਛੋ, ਪਰ ਰਾਜਸਥਾਨ ਨੇ ਨਾ 2-3 ਕਹਿੰਦੇ ਸੁੱਕੀਆਂ ਪਈਆਂ ਨੇ ਬਈ,
उन्होंने भी नहीं पानी कोई छड़ा है यार कुदरत नाल छेड़छाड़ करी की आ जिहड़े समुद्रां चों बहा दूजे पासे वहन लग गए बई कुदरत दा इधर से इधरों समान कढ़न लग गए थलों रेती गप्पा रेता वह बई उल्ट पासे हो गया कुदरत दा। अजीत पंजाबी दी ऑथेंटिक खबरां दे लई सबसक्राइब करो अजीत वैब टीवी, ताज़ी खबरां दी नोटिफिकेशन पाउण दे लई बैल आइकन ते क्लिक करो।